ਆ ਦੇਖੋ ਲੰਬੀ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹਰਾਇਆ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੇ ਔਰ ਉਹਨਾਂ ਨੂੰ ਵਿਜਾਰਤ ਦੇ ਵਿੱਚ ਖੇਤੀਬਾੜੀ ਮੰਤਰੀ ਜਿਹੜਾ ਹੈ ਉਹ ਬਣਾ ਦਿੱਤਾ ਔਰ ਹੁਣ ਕਿਉਂਕਿ ਬਠਿੰਡਾ ਲੰਬੀ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਬਾਦਲ ਪਰਿਵਾਰ ਦਾ ਘੜ ਹੈ ਹਰ ਸਿਮਰਤ ਕੋਟ ਬਾਦਲ ਲਗਾਤਾਰ ਇਥੋਂ ਜਿੱਦੇ ਆਏ ਨਹੀਂ ਤਾਂ ਉਸ ਘੜ ਦੇ ਵਿੱਚ ਸੇਂਦਮਾਰੀ ਕਰਨ ਦੇ ਲਈ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਨੂੰ ਇੱਕ ਵਾਰ ਫਿਰ ਬਾਦਲਾਂ ਦੇ ਖਿਲਾਫ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਿ ਇਹ ਸੇਂਦਮਾਰੀ ਕਰpanਗੇ ਔਰ ਦੂਸਰਾ ਵੀ ਹੈ ਕਿ ਜਦੋਂ ਇੰਨਾ ਲੰਮਾ 2 ਮਹੀਨੇ ਦਾ ਸਮਾਂ ਪਿਆ ਇਲੈਕਸ਼ਨ ਨੂੰ ਔਰ ਉਸ ਵੇਲੇ ਕਿਸ ਤਰੀਕੇ ਦੀ ਕੈਂਪੇਨਿੰਗ ਹੋਏਗੀ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਪੱਤੇ ਖੋਲ ਕੇ ਜਲਦਬਾਜ਼ੀ ਤਾਂ ਨਹੀਂ ਕੀਤੀ ਸਾਰੀ ਗੱਲਬਾਤ ਜਿਹੜੀ ਆ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਤੋਂ ਕਰ ਲੈਨੇ ਖੁੱਡੀਆਂ ਸਾਹਿਬ ਪਹਿਲਾਂ ਤਾਂ 2.5 ਮਹੀਨੇ ਦਾ ਸਮਾਂ ਪਿਆ ਹੋਇਆ ਵੈ ਤੁਸੀਂ ਬਾਦਲ ਪਰਿਵਾਰ ਦੇ ਗੜ ਦੇ ਵਿੱਚ ਇੱਕ ਵਾਰ ਫਿਰ ਆਏ ਹੋ ਪਹਿਲਾਂ ਲੰਬੀ ਤੋਂ ਤੁਸੀਂ ਹਰਾ ਦਿੱਤਾ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਨੇ ਜਲਦੀ ਕਰ ਦਿੱਤੀ ਟਿਕਟ ਅਨਾਉਂਸ ਕਰਨ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਖੁੱਲਾ ਸਮਾਂ ਮਿਲ ਗਿਆ ਵੈ ਹੁਣ 2.5 ਮਹੀਨੇ ਦਾ ਸਮਾਂ ਪਹਿਲਾਂ ਤਾਂ ਤੁਹਾਡੀ ਬਹੁਤ ਮਿਹਰਬਾਨੀ ਔਰ ਜਿਹੜਾ ਇਹ ਇਲੈਕਸ਼ਨ ਆ ਮੈਂ ਕੇਜਰੀਵਾਲ ਜੀ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਬਹੁਤ ਵੱਡਾ ਵਿਸ਼ਵਾਸ ਮੇਰੇ ਤੇ ਕਰਕੇ ਆ ਦੂਜੇ ਸਾਲ ਵਿੱਚ ਦੂਸਰੀ ਚੋਣ ਆ ਗਈ ਉਹਦੇ ਵਿੱਚ ਮੈਨੂੰ ਆਪਣਾ ਉਮੀਦਵਾਰ ਬਣਾਇਆ ਮੈਂ ਉਹਨਾਂ ਦਾ ਧੰਨਵਾਦੀ ਹਾਂ ਔਰ ਜਿਹੜਾ ਲੰਮਾ ਸਮਾਂ ਇਸ ਤੇ ਜ਼ਰੂਰ ਹੈ ਕਿ ਪੰਜਾਬ ਪਹਿਲਾਂ ਸਮਝਦੇ ਸੀ ਪਹਿਲੇ ਜਾਂ ਦੂਸਰੇ ਫੇਸ 'ਚ ਆ ਜਾਊਗਾ ਪਰ ਉਹਨੇ ਜਿਆਦਾ ਲੰਮਾ ਕਰਤਾ ਇਹਦੇ ਵਿੱਚ ਚਲੋ ਲੋਕਾਂ ਨਾਲ ਮੇਲ ਮਲਾਪ ਵੱਧ ਹੋ ਜਾਊਗਾ ਦੂਸਰਾ ਵੀ ਇਹ ਕਿਉਂਕਿ ਮੈਂ ਕਿਹਾ ਕਿ ਲੰਬੀ ਦੇ ਵਿੱਚ ਤੁਸੀਂ ਸੇਂਦਮਾਰੀ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਹਰਾ ਦਿੱਤਾ ਹੁਣ ਬਠਿੰਡਾ ਸੀਟ ਜਿਹੜੀ ਪਿਛਲੇ ਲਗਭਗ 2 ਦਹਾਕੇ ਤੋਂ ਬਾਦਲ ਪਰਿਵਾਰ ਦੀ ਰਹੀ ਹੈ ਹਰਸਿਮਰਤ ਕੋਟ ਬਾਦਲ ਲਗਾਤਾਰ ਉੱਥੋਂ ਜਿੱਦੇ ਆਏ ਕੀ ਸਟ੍ਰੈਟਜੀ ਤੁਹਾਡੀ ਰਹੇਗੀ ਕਿ ਲੰਬੀ ਲੰਬੀ ਤੋਂ ਬਾਅਦ ਜਿਹੜੀ ਹੈ ਬਠਿੰਡਾ ਸੀਟ ਵੀ ਤੁਸੀਂ ਜਿੱਤ ਸਕੋ ਹਾਲਾਂਕਿ ਅਜੇ ਕਲੀਅਰ ਨਹੀਂ ਹੈ ਕਿ ਹਰਸਿਮਰਤ ਬਾਦਲ ਉੱਤੋਂ ਲੜਨਗੇ ਜਾਂ ਫਿਰੋਜ਼ਪੁਰ ਜਾਣਗੇ ਲੇਕਿਨ ਉਮੂਮ ਤੌਰ ਤੇ ਹੈ ਕੀ ਸਰਵਰਤ ਬਦਲ ਇੱਕ ਵਾਰ ਫਿਰ ਬਠਿੰਡਾ ਤੋਂ ਆਨ ਕੇ ਵੇਖੋ ਜਿਹੜਾ ਇਹ ਤਾਂ ਜਨਤਾ ਦੇ ਹੱਥ ਵਿੱਚ ਹੋਇਆ ਕਰਦਾ ਕਿਸੇ ਨੂੰ ਵੀ ਜਿਤਾਉਣਾ ਕਿਸੇ ਨੂੰ ਵੀ ਹਰਾਉਣਾ ਪਿਛਲੀ ਜਿਹੜੀ ਅਸੈਂਬਲੀ ਦੀ ਚੋਣ ਹੋਈ ਸੀ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਲੰਬੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ ਲੰਬੀ ਹਲਕੇ ਦੇ ਪਿਆਰੇ ਲੋਕਾਂ ਨੇ ਕਾਫੀ ਲੰਮਾ ਸਮਾਂ ਹੋ ਗਿਆ ਸੀ ਮੈਨੂੰ ਉਹਨਾਂ ਦੇ ਵਿੱਚ ਵਿਚਰਦਿਆਂ ਬਹੁਤ ਵੱਡਾ ਸਮਰਥਨ ਦੇ ਕੇ ਆਪਣਾ ਵਿਸ਼ਵਾਸ ਦੇ ਕੇ ਮੈਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜਿਵੇਂ ਤੁਸੀਂ ਕਹਿੰਨੇ ਦਹਾਕਿਆਂ ਤੋਂ ਲੋਕ ਸਭਾ ਵੀ ਬਾਹਰ ਸਿਮਰਤ ਹੋਰਾਂ ਕੋਲੇ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕੋਲੇ ਵੀ 25 ਸਾਲ ਤੋਂ ਲੰਬੀ ਤਾਲਕਾ ਸੀ ਤਾਂ ਇਹ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਕਿ ਆਪਣਾ ਨੁਮਾਇੰਦਾ ਕਿਸ ਨੂੰ ਬਣਾਉਣਾ ਮੈਨੂੰ ਲੋਕ ਸਭਾ ਹਲਕੇ ਦੇ ਪਿਆਰੇ ਵੋਟਰਾਂ ਤੇ ਬਹੁਤ ਵੱਡੀ ਉਮੀਦ ਹੈ ਜਦੋਂ ਮੈਂ ਜਾਊਗਾ ਆਪਣੀ ਬੇਨਤੀ ਲੈ ਕੇ ਤੋ ਮੇਰੇ ਤੇ ਵੱਡਾ ਕਿਉਂਕਿ ਖੁੱਡੀਆਂ ਵਰਸਸ ਬਾਦਲ ਪਰਿਵਾਰ ਇਹ ਪਿਛਲੇ 3-4 ਦਹਾਕਿਆਂ ਤੋਂ ਵਰਸਸ ਚੱਲਦਾ ਆ ਰਿਹਾ ਹੈ ਇਹ 2022 ਤੋਂ ਪਹਿਲਾਂ ਬਾਦਲ ਪਰਿਵਾਰ ਦਾ ਦਬਦਬਾ ਖੁੱਡੀਆਂ ਪਰਿਵਾਰ ਦੇ ਉੱਤੇ ਰਿਹਾ ਵਾ ਲੇਕਿਨ ਹੁਣ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਤੁਸੀਂ ਮੰਤਰੀ ਬਣ ਗਏ ਤੁਹਾਨੂੰ ਲੱਗਦਾ ਮੰਤਰੀ ਦਾ ਵੀ ਫਾਇਦਾ ਜਿਹੜਾ ਵਾ ਤੁਹਾਨੂੰ ਹੋ ਸਕਦਾ ਹੈ ਕਿ ਤੁਸੀਂ ਕਹੋਗੇ ਕਿ ਮੈਂ ਐਗਰੀਕਲਚਰ ਮਿਨਿਸਟਰ ਸੀਗਾ ਮੈਂ ਇਹ ਚੀਜ਼ਾਂ ਕੀਤੀਆਂ ਜਾਂ ਇਸ ਦਾ ਨੁਕਸਾਨ ਵੀ ਹੋ ਸਕਦਾ ਇਹਨੂੰ ਦੂਜੇ ਪਾਸੇ ਦੇਖਿਆ ਜਾਵੇ ਕਿ ਉਹ ਕਹਿਣ ਕਿ 2 ਸਾਲ 2 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਤੁਸੀਂ ਖੇਤੀਬਾੜੀ ਮੰਤਰੀ ਹੋ ਕਿਸਾਨਾਂ ਲਈ ਕੀ ਕੀਤਾ ਵੈਸੇ ਕਿਉਂਕਿ ਖੁੱਡੀਆਂ ਤੇ ਬਾਦਲ ਤੁਸੀਂ ਕਹਿ ਦਿੱਤਾ ਹਾਏ ਕਿਉਂਕਿ ਸਾਡੇ ਇਲਾਕੇ ਚ ਥੋੜਾ 5-7 ਮੀਲ ਵਿੱਚ ਸਾਡੀ ਵਿਤ ਤੇ ਇੱਕ ਦੂਸਰੇ ਦੇ ਪਿੰਡਾਂ ਵਿਚਾਲੇ ਲੰਬੀ ਜਿਹੜਾ ਸਾਡੇ ਹਲਕੇ ਦਾ ਨਾਮ ਬੋਲਿਆ ਜਾਂਦਾ ਉਹ ਹੈ ਉਧਰਲੇ ਪਾਸੇ ਵੱਡੇ ਵੱਡੇ ਸਰਦਾਰ ਵੱਡੇ ਵੱਡੇ ਬਾਗ ਵੱਡੀਆਂ ਵੱਡੀਆਂ ਸੜਕਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਇਧਰਲੇ ਪਾਸੇ ਜਿਹੜਾ ਸਾਡੇ ਵਾਲਾ ਪਾਸਾ ਛੋਟਾ ਛੋਟਾ ਜ਼ਮੀਂਦਾਰਾ ਛੋਟੀਆਂ ਸੜਕਾਂ ਛੋਟੇ ਕਰਮਕਾਨ ਨੇ ਤੋਂ ਫਰਕ ਤਾਂ ਹੈ ਪਰ ਫਿਰ ਵੀ ਜਿਹੜੀ ਜਨਤਾ ਦੀ ਸ਼ਕਤੀ ਬਹੁਤ ਵੱਡੀ ਹੋਇਆ ਕਰਦੀ ਹੈ ਸੋ ਮੈਨੂੰ ਪਹਿਲਾਂ ਵੀ ਜੇ ਉਹਨਾਂ ਨੇ ਐਡਾ ਵੱਡਾ ਸਮਰਥਨ ਦਿੱਤਾ ਕੋਈ ਗੱਲ ਚੰਗੀ ਲੱਗੀ ਹੋਣੀ ਹੈ ਮੈਂ ਐਮਐਲਏ ਬਣ ਕੇ ਵੀ ਉਸ ਤੋਂ ਬਾਅਦ ਮੈਨੂੰ ਮੰਤਰੀ ਵੀ ਬਣਾਇਆ ਤੁਸੀਂ ਉਸ ਵੇਲੇ ਮੈਨੂੰ ਵੇਖਿਆ ਹੁਣ ਵੀ ਵੇਖਦੇ ਰਹਿੰਦੇ ਹੋ ਜਾਂ ਕਦੇ ਕੋਈ ਕਿਸੇ ਨੇ ਇਹੋ ਜੀ ਗੱਲ ਗੁਰੂ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਰੱਖੀ ਹੈ ਮੇਰੇ ਪਿਤਾ ਜੀ ਹੋਰਾਂ ਦਾ ਬਹੁਤ ਵੱਡਾ ਨਾਮ ਸੀ ਬੜਾ ਸਾਫ਼ ਸੁਥਰਾ ਜੀਵਨ ਮੈਂ ਵੀ ਕੋਸ਼ਿਸ਼ ਕੀਤੀ ਹੈ ਔਰ ਚਾਹੇ ਮੈਂ ਉਹ ਜਤਾ ਨਹੀਂ ਬਣ ਸਕਦਾ ਫਿਰ ਵੀ ਲੋਕਾਂ ਵੱਲੋਂ ਕਦੇ ਇਹੋ ਜੀ ਗੱਲ ਨਹੀਂ ਆਈ ਜਿਹੜੀ ਮੈਨੂੰ ਮੇਰੇ ਤੇ ਜਾਤੀ ਤੌਰ ਤੇ ਇਹੋ ਜੀ ਕਿਉਂਕਿ ਪਹਿਲਾਂ ਇੱਕ ਹਲਕੇ ਤੋਂ ਜਿਤਨਾ ਹੁਣ ਲੋਕ ਸਭਾ ਦੇ ਵਿੱਚ ਤਕਰੀਬਨ 9 ਹਲਕੇ ਆਂਦੇ ਤਾਂ ਉਸ ਤੇ ਲਈ ਕੀ ਸਟ੍ਰੈਟਜੀ ਹੈ ਕਿ ਉੱਥੇ ਸੇਂਦਮਾਰੀ ਕੀਤੀ ਜਾਵੇ ਜਿਹੜੀ ਸੀਟ ਲੱਗਦਾ ਹੈ ਕਿ ਬਾਦਲ ਪਰਿਵਾਰ ਨੂੰ ਉੱਥੋਂ ਹਰਾਣਾ ਨਾ ਮੁਮਕਿਨ ਹੈ ਉੱਥੇ ਕੈਪਟਨ ਅਮਰਿੰਦਰ ਸਿੰਘ ਦਾ ਬੇਟਾ ਵੀ ਆਇਆ ਉੱਥੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਨੇ ਆਪਣੇ ਬੇਟੇ ਨੂੰ ਉਤਾਰਿਆ ਕਈ ਸਾਰੇ ਵੱਡੇ ਵੱਡੇ ਚਿਹਰੇ ਮੈਦਾਨ ਦੇ ਵਿੱਚ ਉਤਰੇ ਲੇਕਿਨ ਉਹ ਹਰਾ ਨਹੀਂ ਪਾਇਆ ਪੇਸੋ ਇਹ ਵਿਖੋ ਲੋਕਾਂ ਦਾ ਵਿਸ਼ਵਾਸ ਹੈ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੇਟਾ ਵੀ ਚੋਣ ਲੜਾਈ ਤੋਂ ਸਵਾ ਲੱਖ ਵੋਟਾਂ ਦੇ ਕਰੀਬ ਇਥੋਂ ਹਾਰ ਕੇ ਗਏ ਆ ਕੈਪਟਨ ਸਾਹਿਬ ਨੇ ਆ ਵੀ ਲੰਬੀ ਆ ਕੇ ਲੜਕੇ ਦੇਖੀ ਹੈ ਉੱਥੋਂ ਵੀ ਉਹਨਾਂ ਨੂੰ 22300 ਦੇ ਮਾਰਜਨ ਤੇ ਆਪਣੀ ਹਾਰ ਦੇਖਣੀ ਪਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੱਤੇ ਔਰ ਮੈਨੂੰ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਪਿਆਰ ਦਿੱਤਾ ਹੈ ਕਿਉਂਕਿ ਵਿਜੇ ਗੌਰਵ ਸਟੂడియో ਜੁੜੇ ਹੋਏ ਨੇ ਵਿਜੇ ਤੁਹਾਡਾ ਕੋਈ ਸਵਾਲ ਹੋਵੇ ਕਿਉਂਕਿ ਸਭ ਤੋਂ ਹੋਟ ਸੀਟ ਹੈ ਬਠਿੰਡਾ ਬਠਿੰਡਾ ਸਭ ਤੋਂ ਇੰਟਰਸਟਿੰਗ ਸੀਟ ਵੀ ਔਰ ਸਭ ਤੋਂ ਵੱਡਾ ਫਾਈਟ ਵੀ ਬਠਿੰਡੇ ਚ ਦੇਖਣ ਨੂੰ ਮਿਲੇਗੀ ਤਾਂ ਗੁਰਮੀਤ ਸਿੰਘ ਖੁੱਡਿਆ ਲਾਈਵ ਜੁੜੇ ਹੋਏ ਨੇ ਤੁਹਾਡਾ ਕੋਈ ਸਵਾਲ ਬੋਲ ਇਹ ਸਵਾਲ ਸ਼ੁਰੂ ਚ ਵੀ ਪੁੱਛੇ ਸੀ ਇੱਕ ਵਾਰ ਫਿਰ ਪੁੱਛ ਲੈਣੇ ਕਿਉਂਕਿ 2 ਮਹੀਨੇ ਦਾ ਸਮਾਂ ਜਿਸ ਮੈਂ ਸ਼ੁਰੂ ਚ ਕਹਿ ਰਿਹਾ ਸੀਗਾ ਪੈਸਾ ਵੀ ਬਹੁਤ ਖਰਚ ਹੋ ਜਾਂਦਾ ਵਿਜੇ ਹੋਰਾਂ ਨੇ ਕਿਹਾ ਕਿ ਆਰਥਿਕ ਪੱਖੋਂ ਵੀ ਇਸ ਚੀਜ਼ ਨੂੰ ਦੇਖਣਾ ਹੁੰਦਾ ਹੈ ਕਿਉਂਕਿ ਵਿਜਿਉਰੀ ਲੰਬੇ ਸਮੇਂ ਤੋਂ ਕਵਰ ਵੀ ਕਰਦੇ ਨੇ ਪੈਸਾ ਬਹੁਤ ਲੱਗ ਜਾਂਦਾ ਕਿ ਹਰੇਕ ਵੋਟਰ ਤੱਕ ਕਿਵੇਂ ਕਿਦਾਂ ਕੀ ਸਟ੍ਰੈਟਜੀ ਬਣਾਣੀ ਰੈਲੀਆਂ ਚ ਬਹੁਤ ਪੈਸਾ ਲੱਗ ਜਾਂਦਾ ਕੈਂਪੇਨ ਚ ਬਹੁਤ ਸਾਰਾ ਪੈਸਾ ਲੱਗ ਜਾਂਦਾ ਤਾਂ ਢਾਈ ਮਹੀਨੇ ਦਾ ਗੈਪ ਤੁਹਾਨੂੰ ਫਾਇਦਾ ਦੇ ਕੇ ਜਾਏਗਾ ਜਾਂ ਆਰਥਿਕ ਪੱਖੋਂ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਹੈ ਆਰਥਿਕ ਪੱਖੋਂ ਉਸ ਬੰਦੇ ਦਾ ਨੁਕਸਾਨ ਹੋਸੇ ਜਿਹਦੇ ਕੋਲੇ ਕੋਈ ਬਹੁਤਾ ਕੁਝ ਹੋਵੇ ਮੈਂ ਤਾਂ ਅੱਗੇ ਵੀ ਮੈਨੂੰ ਲੋਕਾਂ ਨੇ ਚੋਂ ਲੜਾਈ ਹੈ ਨਾ ਕਦੇ ਕਿਸੇ ਨੇ ਮੇਰੇ ਅੱਗੇ ਇਹੋ ਜੀ ਮੰਗ ਰੱਖੀ ਹੈ ਜਿਹਦੇ ਨਾਲ ਮੈਨੂੰ ਆਰਥਿਕ ਪੱਖੋਂ ਕੋਈ ਇਹੋ ਗੱਲ ਆਈ ਹੋਵੇ ਅ ਦੂਸਰਾ ਜਿਹੜਾ ਇਹ 2.5 ਮਹੀਨੇ ਦਾ ਮੈਂ ਪਹਿਲਾਂ ਵੀ ਇੱਕ ਵਾਰੀ 1991 ਚ ਲੋਕ ਸਭਾ ਲਈ ਉਮੀਦਵਾਰ ਸੀ ਮੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਫਰੀਦਕੋੜ ਤੋਂ ਉਦੋਂ ਵੀ ਸਾਨੂੰ ਇਹ ਦੋ 2.5 ਮਹੀਨੇ ਹੌਸ ਹਲਕੇ ਚ ਤੁਰਨਾ ਫਿਰਨਾ ਪਿਆ ਸੀ ਉਹਨੀ ਗੱਲ ਨਹੀਂ ਜਿੰਨਾ ਸਮਾਂ ਹੁੰਦਾ ਉਹਦੇ ਨਾਲ ਸਗੋਂ ਲੋਕਾਂ ਨਾਲ ਖੁੱਲ੍ਹ ਕੇ ਗੱਲਬਾਤ ਵੀ ਹੁੰਦੀ ਹੈ ਕਈ ਮਸਲੇ ਵੀ ਹੁੰਦੇ ਆ ਔਰ ਪਹੁੰਚ ਵੀ ਕਰ ਕਰ ਤੱਕ ਕੀਤੀ ਜਾਂਦੀ ਬਹੁਤ ਵੱਡਾ ਹਲਕਾ ਅਸੈਂਬਲੀ ਤਾਂ ਚਲੋ ਇੱਕ 80 ਕਿ ਪਿੰਡਾਂ ਦੀ ਗੱਲ ਸੀਗੀ ਤੇ ਮੇਰੇ ਕੋਲ 600 ਤੋਂ ਸ਼ਹਿਰ ਵੀ ਪੈ ਜਾਂਦੇ ਆ 600 ਤੋਂ ਵੱਧ ਪਿੰਡ ਹੈ ਤੋ ਫਿਰ ਸਾਰੇ ਲੋਕਾਂ ਤਾਂ ਮੈਂ ਤਾਂ ਸਮਝਦਾ ਵੀ ਉਮੀਦਵਾਰ ਹੋਣ ਦੇ ਨਾਤੇ ਹਰ ਇੱਕ ਜਗਾ ਜਾਣ ਦਾ ਮੌਕਾ ਇੱਕ ਇੱਕ ਲਾਸ ਵਾਲਾ ਫਿਰ ਸਟੂਡੀਓ ਅਸੀਂ ਕਰਾਂਗੇ ਕਿਉਂਕਿ ਬਾਦਲ ਪਰਿਵਾਰ ਦੇ ਲਈ ਵਕਾਰ ਦੀ ਸੀਟ ਵੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੀ ਹੈ ਕਿ ਇੱਕ ਵਾਰ ਠੀਕ ਹੈ ਤੁੱਕੇ ਨਾਲ ਸੀਟ ਜਿੱਤੀ ਗਈ ਜਾਂ ਫਿਰ ਲੋਕਾਂ ਨੇ ਦਿੱਤਾ ਇਹ ਅਗਲੀ ਵਾਰ ਪੂਰੀ ਉਹਨਾਂ ਦੀ ਵਕਾਰ ਦੀ ਲੜਾਈ ਹੈ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਵਕਾਰ ਦੀ ਤਾਂ ਹਰ ਇੱਕ ਵਾਸਤੇ ਹੁੰਦੀ ਹੈ ਜੇ ਠੀਕ ਆ ਵੱਡੇ ਲੋਕ ਆ ਉਹਨਾਂ ਦੀ ਕਰ ਇੱਜ਼ਤ ਤਾਂ ਗਰੀਬ ਦੀ ਵੀ ਹੁੰਦੀ ਐ ਛੋਟੇ ਬੰਦੇ ਦੀ ਹੁੰਦੀ ਮੇਰੀ ਵੀ ਵਕਾਰ ਦੀ ਲੜਾਈ ਐ ਸੋ ਤਕੜੇ ਹੋ ਕੇ ਲੜਾਂਗੇ ਲੋਕ ਮੇਰਾ ਮੈਨੂੰ ਲੱਗਦਾ ਤੁਹਾਡਾ ਨਰਮ ਰਵਈਆ ਔਰ ਪਰਸਨਲ ਅਟੈਕ ਨਾ ਕਰਨਾ ਇਹ ਤੁਹਾਨੂੰ ਫਾਇਦਾ ਦੇ ਕੇ ਜਾਏਗਾ ਵੇਖੋ ਜੀ ਮੈਂ ਕਿਉਂਕਿ ਸਿਆਸਤ 'ਚ ਅੱਜ ਕੱਲ ਅਸੀਂ ਦੇਖੀਦਾ ਬੜਕਾਂ ਵਜਦੀਆਂ ਸਿੱਧੀਆਂ ਸਿਆਸਤ 'ਚ ਅਸੀਂ ਵਿਧਾਨ ਸਭਾ ਦੇ ਅੰਦਰ ਵੀ ਦੇਖਿਆ ਬਾਹਰ ਵੀ ਦੇਖਿਆ ਕਿਵੇਂ ਇੱਕ ਦੂਸਰੇ ਤੇ ਕਾਲਰ ਫੜਨ ਤੱਕ ਆ ਜਾਂਦੇ ਐ ਲੇਕਿਨ ਤੁਹਾਡਾ ਜਿਹੜਾ ਇੱਕ ਠਰਮੇ ਵਾਲਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਰਾ ਦਾ ਹੁੰਦਾ ਸੀ ਕਿ ਕਾਕਾ ਜੀ ਕਹਿ ਕੇ ਕਰ ਕਿਸੇ ਨੂੰ ਆਪਣੇ ਵਾਲੇ ਪਾਸੇ ਅਟਰੈਕਟ ਕਰ ਲੈਣਾ ਤੁਹਾਡੇ ਵੀ ਕਿਤੇ ਨਾ ਕਿਤੇ ਉਸੇ ਅੰਦਾਜ਼ ਉਸੇ ਸਟਾਈਲ ਚ ਦਿਖਦਾ ਹੈ ਕਿ ਕਿਸੇ ਤੇ ਕੋਈ ਤੰਜ ਨਹੀਂ ਕਸਣਾ ਐਗਰੈਸ਼ਨ ਨਹੀਂ ਦਿਖਾਣਾ ਦੋ ਤਿੰਨ ਸ਼ਬਦਾਂ ਦੇ ਵਿੱਚ ਹੀ ਗੱਲ ਨਿਬੇੜਦੇ ਨੇ ਦੇਖੋ ਐ ਆ ਜੀ ਜਿਹੜੀ ਲੜਾਈ ਤਾਂ ਸਿਧਾਂਤਾਂ ਦੀ ਹੁੰਦੀ ਹੈ ਸੋਚ ਦੀ ਹੋਇਆ ਕਰਦੀ ਹੈ ਰਾਜਨੀਤਿਕ ਹੁੰਦੀ ਹੈ ਜਾਤੀ ਤੌਰ ਤੇ ਕਿਸੇ ਨੂੰ ਵੱਧ ਘੱਟ ਲੋਕ ਬੋਲ ਵੀ ਜਾਂਦੇ ਆ ਪਰ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਵੀ ਝੋੜ ਲੜਿਆ ਤੇ ਉਹਨਾਂ ਨੇ ਵੀ ਕੋਈ ਇਹੋ ਜੀ ਗੱਲ ਨਹੀਂ ਸੋਚੋ ਆਪਣੀ ਗੱਲ ਕਰਦੇ ਸੀ ਪਾਰਟੀ ਦੀ ਕਰਦੇ ਸੀ ਔਰ ਮੈਂ ਵੀ ਉਹਨਾਂ ਨਾਲ ਕਿਉਂਕਿ ਬਹੁਤ ਉਮਰ ਤੋਂ ਮੇਰੇ ਵੱਡੇ ਸੰ ਪਿਤਾ ਸਮਾਨ ਸੰ ਪਿਤਾ ਜੀ ਤੋਂ ਵੀ ਵੱਡੇ ਸੀ ਮੈਂ ਇਹੋ ਜੀ ਗੱਲ ਨਹੀਂ ਕੋਈ ਕਰਦਾ ਹੁੰਦਾ ਸੀ ਕਿ ਕਿਥੇ ਮੈਂ ਆਪਣੀਆਂ ਜਿਹੜੀ ਇਸ ਪੰਜਾਬ ਪ੍ਰਤੀ ਉਹਨਾਂ ਦੀ ਸੇਵਾ ਜਾਂ ਮੇਰੀ ਗੱਲ ਜਾਂ ਉਹ ਸਾਰੀਆਂ ਜ਼ਰੂਰ ਲੋਕਾਂ ਦੇ ਅੱਖੇ ਅੱਗੇ ਰੱਖਣੀਆਂ ਸਾਡਾ ਫਰਜ਼ ਬਣ ਜਾਂਦਾ ਹੈ ਤੋ ਮੈਨੂੰ ਇਹ ਨਹੀਂ ਪਤਾ ਉਹਨਾਂ ਕੈਂਡੀਡੇਟ ਵੀ ਬੀਬਾ ਹਰਸਿਮਰ ਤੋਂ ਆਉਂਦੇ ਆ ਜਾਂ ਹੋਰ ਆਉਂਦੇ ਆ ਮੈਨੂੰ ਇਸ ਗੱਲ ਨਾਲ ਕੋਈ ਫਰਕ ਵੀ ਨਹੀਂ ਪਰ ਮੈਂ ਆਪਣਾ ਜਿਹੜਾ ਸੁਭਾਅ ਹੁੰਦਾ ਉਸ ਮੁਤਾਬਕ ਵੀ ਕਿਸੇ ਤੇ ਇਹੋ ਜਿਹਾ ਅਟੈਕ ਜੈ ਇਹੋ ਜੀ ਗੱਲ ਨਹੀਂ ਕਰਾਂਗਾ ਤਾਂ ਬਿਲਕੁਲ ਬਿਲਕੁਲ ਇਸ ਵੇਲੇ ਗੁਰਮੀਤ ਸਿੰਘ ਖੁੱਡੀਆਂ ਜੁੜੇ ਹੋਏ ਸੀ ਉਹਨਾਂ ਨੇ ਦੱਸਿਆ ਸਟ੍ਰੈਟੇਜੀ ਕੀ ਹੈ ਔਰ ਇਹਨਾਂ ਦਾ ਜਿਹੜਾ ਸਟਾਈਲ ਹੈ ਉਹ ਕਿਤੇ ਨਾ ਕਿਤੇ ਇਹ ਪੰਜਾਬ ਦੀ ਇੱਕ ਤਜਰਬੇ ਵਾਲੀ ਸਿਆਸਤ ਜਿਹੜੀ ਉਹ ਦਰਸਾਉਂਦਾ